ਸੰਗਤ ਜੀਓ ਲੋਕ ਦੂਜੇ ਦੇ ਪਰਿਵਾਰਾਂ ਕਿੰਨੀ ਮੰਦੀ ਨਜ਼ਰ ਕਿਉਂ ਰੱਖਦੇ ਨੇ ਸੋ ਕਿਉਂ ਬੰਦਾ ਦੂਸਰੇ ਦੀ ਇਸਤਰੀ ਨੂੰ ਤੱਕਦਾ ਹੈ ਇਸ ਵਿਸ਼ੇ ਤੇ ਕੁਝ ਬੇਨਤੀਆਂ ਜਿਹੜੀਆਂ ਨੇ ਤੁਹਾਡੇ ਨਾਲ ਸਾਂਝੀਆਂ ਜ਼ਰੂਰ ਕਰਨੀਆਂ ਨੇ ਸੋ ਬਹੁਤ ਸਾਰੇ ਸਵਾਲ ਸੀ ਇਸ ਵਿਸ਼ੇ ਤੇ ਬੜਾ ਵਾਰੀਕ ਵਿਸ਼ਾ ਹੈ ਇਸ ਨੂੰ ਆਪਾਂ ਥੋੜਾ ਜਿਹਾ ਲਾਈਟਲੀ ਤਰੀਕੇ ਦੇ ਨਾਲ ਸਮਝਣ ਦੀ ਕੋਸ਼ਿਸ਼ ਜਿਹੜੀ ਹੈ ਕਰਨੀ ਹੈ ਸੋ ਪਹਿਲਾਂ ਤਾਂ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀਓ ਸਭ ਤੋਂ ਪਹਿਲਾਂ ਗੁਰਬਾਣੀ ਦੇ ਇਹ ਸ਼ਬਦ ਜਿਹੜੇ ਨੇ ਆਪਾਂ ਜ਼ਰੂਰ ਵਿਚਾਰਾਂਗੇ ਪਾਤਸ਼ਾਹ ਨੇ ਬਹੁਤ ਸੋਹਣੀਆਂ ਉਦਾਹਰਨਾਂ ਦਿੱਤੀਆਂ ਨੇ 213 ਨੰਬਰ ਅੰਗ ਤੇ ਗੌੜੀ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਇਹ ਪਾਵਨ ਸ਼ਬਦ ਜਿਹੜਾ ਹੈ ਨਾ ਜ਼ਰੂਰ ਪੜਿਓ ਤੁਹਾਨੂੰ ਜਿਹੜਾ ਵਿਸ਼ਾ ਮੈਂ ਸ਼ੁਰੂ ਵਿੱਚ ਬੋਲਿਆ ਹੈ ਉਹ ਤੁਹਾਨੂੰ ਆਪਣੇ ਆਪ ਸਮਝ ਪੈ ਜਾਏਗਾ ਮਨੁੱਖ ਦੀ ਫਿਤਰਤ ਕੀ ਹੈ ਮਨੁੱਖ ਦੀ ਫਿਤਰਤ ਕਿਹੋ ਜੀ ਬਣੀ ਹੋਈ ਹੈ ਮਨੁੱਖ ਕਿਹੋ ਜਿਹਾ ਹੋ ਗਿਆ ਸਾਧ ਸੰਗਤ ਪਰਸ਼ਾ ਕਹਿੰਦੇ ਨੇ ਕੋਟ ਜੋਰੇ ਲੱਖ ਕਰੋ ਰੇ ਮਨ ਨਾ ਹੋ ਰੇ ਸਧਾਰਨ ਹਾਲਤ ਇਹ ਬਣੀ ਪਈ ਐ ਮਨੁੱਖ ਦੀ ਕਰੋੜਾਂ ਰੁਪਏ ਕਮਾਉਂਦਾ ਹੈ ਲੱਖਾਂ ਕਰੋੜਾਂ ਰੁਪਏ ਇਕੱਠੇ ਪੈ ਕਰਦਾ ਹੈ ਫਿਰ ਵੀ ਮਾਇਆ ਦੇ ਲਾਲਚ ਵੱਲੋਂ ਆਪਣੇ ਮਨ ਨੂੰ ਰੋਕ ਨਹੀਂ ਪਾਉਂਦਾ ਮਨ ਨਹੀਂ ਰੁਕ ਰਿਹਾ ਮਨ ਕਿਸੇ ਵੀ ਕੀਮਤ ਤੇ ਰੁਕ ਨਹੀਂ ਰਿਹਾ ਮਨ ਤੇ ਕਾਬੂ ਨਹੀਂ ਹੈ ਲੱਖ ਹੈ ਕਹਿੰਦਾ 2 ਲੱਖ ਕਰ ਲਾਂ 2 ਲੱਖ ਹੈ ਕਹਿੰਦਾ 4 ਲੱਖ ਕਰ ਲਾਂ ਕਰੋੜ ਰੁਪਈਆ ਹੈ ਕਹਿੰਦਾ 2 ਕਰੋੜ ਹੋ ਜੇ 2 ਕਰੋੜ ਹੈ ਕਹਿੰਦਾ 4 ਹੋ ਜੇ 4 ਹੋ ਜੇ 8 ਕਰੋੜ ਹੋ ਜਾਏ ਚੈਨ ਨਹੀਂ ਹੈਗਾ ਨੀਂਦ ਨਹੀਂ ਆਉਂਦੀ ਰਾਤਾਂ ਨੂੰ ਸਤਗੁਰੂ ਅਗੇ ਕਹਿੰਦੇ ਨੇ ਪਰੇ ਪਰੇ ਹੀ ਕੋ ਲੁਜੀ ਹੈ ਹੋਰ ਵਧੀਕ ਹੋਰ ਵਧੀਕ ਤਨ ਧਨ ਇਕੱਠਾ ਕਰਨ ਵਾਸਤੇ ਤ੍ਰਿਸ਼ਨਾ ਦੀ ਅੱਗ ਵਿੱਚ ਸੜਦਾ ਰਹਿੰਦਾ ਹੈ ਰਾਤਾਂ ਨੂੰ ਸੌਂਦਾ ਨਹੀਂ ਉਹ ਸੌਂ ਜਾਂਦਾ ਮਾੜਾ ਮੋਟਾ ਉਹ ਆਰਾਮ ਕਰ ਲੈਂ ਪਰ ਇਹ ਗੱਲ ਚੇਤੇ ਵਿੱਚ ਵੀ ਨਹੀਂ ਬਸ ਤ੍ਰਿਸ਼ਨਾ ਲੱਗੀ ਹੋਈ ਹੈ ਇੱਥੋਂ ਵੀ ਇਕੱਠੇ ਕਰ ਲਾਂ ਅੱਜ ਇੱਥੇ ਮੀਟਿੰਗ ਹੈ ਹੋਰ ਪਾਸੇ ਕਰਨੀ ਹੈ ਸਾਰੀ ਰਾਤ ਕੈਂ ਫਿਰਦਾ ਹੀ ਭੌਂਕਦਾ ਹੈ ਸਾਰੀ ਰਾਤ ਐਂ ਕੱਢ ਦਿੰਦਾ ਤੇ ਸੌਂਦਾ ਨਹੀਂ ਸਰੀਰ ਦਾ ਲਿਹਾਜ਼ ਵੀ ਨਹੀਂ ਕਰਦਾ ਇੰਸਨ ਨੇ ਨੀਂਦ ਨਹੀਂ ਆਉਂਦੀ ਨੀਂਦ ਲੈਣ ਵਾਸਤੇ ਗੋਲੀਆਂ ਖਾਣੀਆਂ ਪੈਂਦੀਆਂ ਨੇ ਮੈਡੀਕਲ ਦਾ ਸਹਾਰਾ ਲੈਣਾ ਪੈਂਦਾ ਹੈ ਤੇ ਸਾਰ ਸੰਗਤ ਫਿਰ ਵੀ ਨੀਂਦ ਨਹੀਂ ਆਉਂਦੀ بڑے ਬੰਦੇ ਐ ਉਹ ਜਿਹੜੇ ਤਿੰਨ ਤਿੰਨ ਗੋਲੀਆਂ ਖਾਂਦੇ ਨੀਂਦ ਦੀਆਂ ਫਿਰ ਵੀ ਨੀਂਦ ਨਹੀਂ ਲਵੇ ਲਾਉਣੇ ਉਹਨਾਂ ਤੇ ਇਹ ਹਾਲਤ ਕਿਨਾਂ ਦੀ ਹੈ ਹਾਲਤ ਉਹਨਾਂ ਦੀ ਹੈ ਜਿਨ੍ਹਾਂ ਦੀ ਤ੍ਰਿਸ਼ਨਾ ਪਾਤਸ਼ਾਹ ਕੀ ਕਹਿੰਦੇ ਨੇ ਦੇਖੋ ਪਹਿਲੀ ਪੰਕਤੀ ਨੂੰ ਪੜ੍ਹ ਲਿਓ ਸਤਿਗੁਰੂ ਕਹਿੰਦੇ ਨੇ ਤ੍ਰਿਸ਼ਨਾ ਵਿਰਲੇ ਹੀ ਕੀ 부ਜੀ ਹੈ ਇਹ ਕਿਸੇ ਵਿਰਲੇ ਮਨੁੱਖ ਦੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁਝਦੀ ਹੈ ਨਹੀਂ ਤੇ ਹਾਲਤ ਆ ਤੁਹਾਡੇ ਸਾਹਮਣੇ ਆ ਪਾਤਸ਼ਾਹ ਨੇ ਪਹਿਲੀ ਕਹਿ ਦਿੱਤਾ ਬਾਦਸ਼ਾਹ ਕਹਿੰਦੇ ਨੇ ਇੱਕ ਕ੍ਰਿਸ਼ਨਾ ਇਹੋ ਜੀ ਹੈ ਜਿਹੜੀ ਲੱਗੀ ਪਈ ਹੈ 1 ਤੋਂ 2 2 ਤੋਂ 4 4 ਤੋਂ 8 10 12 16 ਇੱਥੋਂ ਤੱਕ ਜਿਹੜੀ ਹੈ ਬੰਦੇ ਦੀ ਸਥਿਤੀ ਪਹੁੰਚੀ ਪਈ ਹੈ ਮੈਂ ਆ ਵੀ ਕਰ ਲਾਂ ਮੈਂ ਉਹ ਵੀ ਕਰ ਲਾਂ ਸੱਚ ਜਾਣਿਓ ਮੇਰੇ ਕੋਲੇ ਬਹੁਤ ਕੁਝ ਹੋਵੇ ਮੇਰੇ ਕੋਲੇ ਸੁੰਦਰ ਇਸਤਰੀਆਂ ਨਾਰੀਆਂ ਵੀ ਹੋਣ ਇਥੋਂ ਤੱਕ ਵੀ ਜਿਹੜੀ ਹੈ ਤ੍ਰਿਸ਼ਨਾ ਪਹੁੰਚੀ ਪਈ ਹੈ ਮੈਂ ਇੱਕ ਸੁੰਦਰ ਅਖਾੜੇ ਦਾ ਮਾਲਕ ਹੋਵਾਂ ਤੇ ਦਾਸੀਆਂ ਮੇਰੀਆਂ ਹੋਣ ਤੇ ਬੰਦਾ ਕਹਿੰਦਾ ਜੇ ਇਹ ਸਭ ਕੁਝ ਵੀ ਮਿਲ ਜਾਏ ਫਿਰ ਕਹਿੰਦਾ ਹੋਰ ਵੀ ਬਹੁਤ ਕੁਝ ਚਾਹੀਦਾ ਹੈ ਤੇ ਪਿਆਰਿਓ ਜਿਹਦੇ ਕੋਲੇ ਪੰਜਾਬ ਦੀ ਮਾਲਕੀ ਵੀ ਆ ਜਾਏ ਦੇਸ਼ ਦੀ ਮਾਲਕੀ ਵੀ ਆ ਜਾਏ ਜਿਵੇਂ ਅੱਜ ਭਗਵਾਨਤ ਮਾਨ ਤੇ ਮੋਦੀ ਨੇ ਤੇ ਯਾਦ ਰੱਖਿਓ ਤ੍ਰਿਸ਼ਨਾ ਫੇਰ ਵੀ ਨਹੀਂ ਮਿਟਦੀ ਮੋਦੀ ਵਰਗੇ ਭਾਵੇਂ ਅੱਜ ਦੇਸ਼ ਦੇ ਮਾਲਕ ਨੇ ਪੂਰੇ ਦੇ ਭਾਰਤ ਦੇ ਮਾਲਕ ਨੇ ਪਰ ਯਾਦ ਰੱਖਿਓ ਫਿਰ ਵੀ ਤ੍ਰਿਸ਼ਨਾ ਨਹੀਂ ਮੁੱਕਦੀ ਵੋਟਾਂ ਆ ਗਈਆਂ ਫੇਰ ਦੁਬਾਰੇ ਕਰਨਾ ਹੈ ਰਾਜ ਇੱਧਰ ਵੀ ਕਰ ਲਈਏ ਉਧਰ ਵੀ ਸਾਡੀ ਸਰਕਾਰ ਹੋਵੇ ਐਂ ਵੀ ਕਰ ਲਈਏ ਉਹ ਵੀ ਕਰ ਇਹ ਕੀ ਹੈ ਇਹ ਤ੍ਰਿਸ਼ਨਾ ਹੈ ਜੀ ਜਿਹੜੀ ਚੱਲੀ ਜਾ ਰਹੀ ਹੈ ਰੁਕਣ ਦਾ ਨਾਮ ਹੀ ਨਹੀਂ ਲੈ ਰਹੀ ਹੁਣ ਬੇਨਤੀ ਕਰਾਂ ਪਾਤਸ਼ਾਹ ਕਹਿੰਦੇ ਨੇ ਸੁੰਦਰ ਨਾਰੀ ਅਣਕ ਪ੍ਰਕਾਰੀ ਪਰ ਗ੍ਰਹਿ ਵਿਕਾਰੀ ਆਪਣੀ ਸੁੰਦਰ ਇਸਤਰੀ ਨਾਲ ਅਨੇਕਾਂ ਕਿਸਮਾਂ ਦੇ ਲਾੜ ਪਿਆਰ ਵੀ ਕਰਦਾ ਹੈ ਫਿਰ ਵੀ ਪਰ ਇਸਤਰੀ ਸੰਗ ਦਾ ਮੰਦ ਕਰਦਾ ਹੈ ਇਹ ਜਿਹੜਾ ਭੋਲਾ ਹੈ ਨਾ ਇਹ ਜਿਹੜਾ ਵਿਕਾਰੀ ਮਨ ਹੈ ਨਾ ਇਹ ਅੰਦਰ ਇਹ ਫਿਰ ਵੀ ਪ੍ਰਾਈ ਇਸਤਰੀ ਵੱਲ ਤੱਕਦਾ ਹੈ ਪ੍ਰਾਏ ਤਨ ਦੀ ਆਸ ਰੱਖਦਾ ਹੈ ਪਾਤਸ਼ਾਹ ਕਹਿੰਦੇ ਬੁਰਾ ਭਲਾ ਨਹੀਂ ਸੁਜੀ ਹੈ ਕਾਮ ਵਾਸ਼ਨਾ ਵਿੱਚ ਅੰਨੇ ਹੋਏ ਨੂੰ ਇਹ ਨਹੀਂ ਸੁਝਦਾ ਕਿ ਭੈੜਾ ਕਰਮ ਕਿਹੜਾ ਹੈ ਤੇ ਚੰਗਾ ਕਰਮ ਕਿਹੜਾ ਹੈ ਪਿਆਰਿਓ ਅਨਕ ਬੰਦਨ ਮਾਇਆ ਪਰਮਤ ਪਰਮਾਇ ਗੁਣ ਨਿਦ ਨਹੀਂ ਗਾਇਆ ਮਾਇਆ ਦੇ ਮੋਹ ਦੇ अनेका ਬੰਦਨਾ ਦੇ ਵਿੱਚ ਵਜਿਆ ਹੋਇਆ ਹੈ ਮਨੁੱਖ ਮਾਇਆ ਦੀ ਖਾਤਰ ਭਟਕਦਾ ਫਿਰਦਾ ਹੈ ਮਾਇਆ ਜ਼ਰੂਰੀ ਨਹੀਂ ਵੀ ਪੈਸਾ ਇੱਥੇ ਮੋਹ ਮਾਇਆ ਵੀ ਹੈ ਭਟਕਦਾ ਫਿਰਦਾ ਇਸ ਨੂੰ ਖੁਆਰ ਕਰਦੀ ਹੈ ਇਹ ਚੀਜ਼ ਮਾਇਆ ਦੇ ਸੁਭਾਵ ਹੇਠ ਰਹਿ ਕੇ ਮਨੁੱਖ ਗੁਨਾ ਦੇ ਖਜ਼ਾਨੇ ਪਰਮਾਤਮਾ ਦੀ ਸਿਫਤ ਸਲਾਹ ਨਹੀਂ ਕਰਦਾ ਤੇ ਯਾਦ ਰੱਖਿਓ ਇੱਥੇ ਹੀ ਮਾਰ ਖਾਂਦਾ ਹੈ ਪਾਦਸ਼ਾਹ ਨੇ ਮਨ ਵਿਖੈ ਹੀ ਮਹਿ ਲੁਜੀਏ ਮਨੁੱਖਾਂ ਦੇ ਮਨ ਵਿੱਚ ਵਿਸ਼ਿਆਂ ਦੀ ਅੱਗ ਲੱਗੀ ਹੋਈ ਐ ਇਹਦੇ ਵਿੱਚ ਹੀ ਸੜਦੇ ਰਹਿੰਦੇ ਨੇ ਇਹਦੇ ਵਿੱਚ ਹੀ ਮੱਚਦੇ ਰਹਿੰਦੇ ਨੇ ਪਿਆਰਿਓ ਪ੍ਰਾਏ ਤਨ ਦੀ ਆਸ ਵੀ ਰੱਖਦਾ ਐ ਪ੍ਰਾਏ ਤਨ ਦੀ ਆਸ ਵੀ ਰੱਖਦਾ ਕਹਿੰਦਾ ਮੇਰੇ ਕੋਲੇ ਸਭ ਕੁਝ ਹੋਵੇ ਮੈਂ ਬਹੁਤ ਕੁਝ ਹਾਸਲ ਕਰ ਲਾਂ ਮੇਰੇ ਕੋਲੇ ਉਹਨੀਆਂ ਸਾਰੀਆਂ ਵਸਤੂਆਂ ਹੋਣ ਤੇ ਉਹਨਾਂ ਸਭ ਕੁਝ ਕਿਸੇ ਕੋਲ ਨਾ ਹੋਵੇ ਮੈਂ ਦੁਨੀਆ ਦਾ ਮਾਲਕ ਹੋਵਾਂ ਮੈਂ ਦੇਵੀ ਦੇਵਤਾ ਵੀ ਬਣ ਜਾ ਮੇਰੇ ਕੋਲੇ ਉਹ ਸਭ ਕੁਝ ਵੀ ਹੋਵੇ ਜੋ ਦੁਨੀਆਦਾਰ ਲੋਕਾਂ ਕੋਲ ਨਹੀਂ ਹੈ ਜੋ ਕਿਸੇ ਕੋਲੇ ਹੈ ਹੀ ਨਹੀਂ ਹੈ ਮੇਰੇ ਕੋਲੇ ਉਹ ਨਾਇਆਬ ਵਸਤੂਆਂ ਹੋਣ ਪ੍ਰਾਇਤਨ ਦੀ ਆਸ ਵੀ ਰੱਖਦਾ ਤੇ ਪ੍ਰਾਇਤਨ ਦੀ ਆਸ ਵੀ ਰੱਖਦਾ ਤੇ ਆਪਣੇ ਆਪ ਨੂੰ ਬਦਲਣਾ ਨਹੀਂ ਚਾਹੁੰਦਾ ਤੇ ਯਾਦ ਰੱਖਿਓ ਤ੍ਰਿਸ਼ਨਾ ਜਿਹੜੀ ਹੈ ਫਿਰ ਚੱਲੀ ਹੋਈ ਹੈ ਪਾਤਸ਼ਾਹ ਕਹਿੰਦੇ ਨੇ ਜਾਂ ਕੋre ਕਿਰਪਾ ਕਰੈ ਜੀਵਤ ਸੋਈ ਮਰੈ ਸਾਧ ਸੰਗ ਮਾਇਆ ਤਰੈ ਹੇ ਭਾਈ ਜਿਸ ਮਨੁੱਖੋ ਤੇ ਪਰਮਾਤਮਾ ਮਿਹਰ ਕਰਦਾ ਹੈ ਉਹੀ ਮਨੁੱਖ ਦੁਨੀਆ ਦੀ ਕਿਰਤਕਾਰ ਕਰਦਾ ਹੋਇਆ ਮਾਇਆ ਦੇ ਮੋਹ ਵੱਲੋਂ ਅਛੋਹ ਰਹਿੰਦਾ ਹੈ ਸਾਧ ਸੰਗਤ ਵਿੱਚ ਰਹਿ ਕੇ ਮਾਇਆ ਦੀ ਘਮਣ ਘੇਰੀ ਤੋਂ ਉਹੀ ਪਾਰ ਲੰਘਦਾ ਜਿਹਦੇ ਤੇ ਕਿਰਪਾ ਹੋ ਜਾਏ ਨਾਨਕ ਸੋ ਜਨ ਦਰ ਹਰ ਸਿਜੀ ਹੈ ਏ ਨਾਨਕ ਭਾਈ ਉਹ ਮਨੁੱਖ ਪਰਮਾਤਮਾ ਦੇ ਦਰ ਤੇ ਕਾਮਯਾਬ ਗਿਣਿਆ ਜਾਂਦਾ ਜਿਹੜਾ ਆਪਣੇ ਆਪ ਨੂੰ ਖਤਮ ਕਰਕੇ ਆਪਣਾ ਤਨ ਮਾਰ ਕੇ ਪਾਤਸ਼ਾਹ ਕਹਿੰਦੇ ਨੇ ਗੁਰ ਕੀ ਮਤ ਤੂੰ ਲਿਹੇ ਈਾਨੇ ਭਗਤ ਬਿਨਾ ਬਹੁ ਡੂਬੇ ਸਿਆਨੇ ਪਾਰਸ਼ਾ ਕਹਿੰਦੇ ਭਗਤੀ ਤੋਂ ਬਿਨਾ ਗੁਰੂ ਦੇ ਨਾਮ ਤੋਂ ਬਿਨਾ ਬੜੇ ਕਹਿੰਦੇ ਕਹਾਉਂਦੇ ਡੁੱਬ ਗਏ ਪਿਆਰਿਆ ਯਾਦ ਰੱਖੀ ਤੇ ਯਾਦ ਰੱਖੀ ਤੂੰ ਕੀ ਕਰਨਾ ਆਪਣੇ ਅੰਦਰ ਦੀ ਤ੍ਰਿਸ਼ਨਾ ਨੂੰ ਮਾਰਨਾ ਹੈ ਇਸ ਮਨ ਤੇ ਫਤਿਹ ਪਾਉਣਾ ਹੈ ਵਾਸ਼ਨਾਵਾਂ ਤੇ ਫਤਿਹ ਪਾਉਣੀ ਹੈ ਤਾਂ ਤ੍ਰਿਸ਼ਨਾ ਵਿਰਲੇ ਹੀ ਕੀ 부ਝੀ ਹੈ ਤਾਂ ਉਹ ਵਿਰਲਾ ਬਣਨਾ ਹੈ ਜਿਹਦੀ ਤ੍ਰਿਸ਼ਨਾ 부ਝ ਗਈ ਜਿਹਦੀ ਗੱਲ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਕਰ ਦਿੱਤੀ ਇਹੋ ਜਾਂ ਬਣਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ